ਬਾਣੀ ਅਤੇ ਉਹਨਾਂ ਦੀ ਸੋਚ ਦੇ ਪ੍ਰਚਾਰਕ ਗੁਰਦੁਆਰਿਆਂ ਵਿੱਚ ਉਪਦੇਸ਼ ਦਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਕੜਾ ਪ੍ਰਸ਼ਾਦ ਛਕਦੇ ਹਨ ਅਤੇ ਕੁਝ ਪੜ੍ਹੇ ਲਿਖੇ ਲੋਕ ਇਸ ਨੂੰ ਨਹੀਂ ਮੰਨਦੇ। ਇਹ ਵਿਦਵਾਨ ਦੱਸਦੇ ਹਨ ਕਿ ਇਹਨਾਂ ਪੜ੍ਹੇ ਲਿਖੇ ਲੋਕਾਂ ਵਿੱਚ ਸ਼ਰਧਾ ਦੀ ਘਾਟ ਹੈ, ਇਸ ਲਈ ਇਹ ਲੋਕ ਤਰਕ ਕਰਦੇ ਹਨ, ਵਿਸ਼ਵਾਸ ਨਹੀਂ। ਇਹ ਲੋਕ ਸਕੂਲ ਤਾਂ ਗਏ ਹਨ ਪਰ ਟਕਸਾਲੀਆਂ ਵਾਂਗ ਟਕਸਾਲ ਦੀ ਸਿੱਖਿਆ ਨਹੀਂ ਲਈ। ਇੱਕ ਟਕਸਾਲੀ ਵਿਦਵਾਨ ਆਪਣੀ ਕਥਾ ਵਿੱਚ ਦੱਸਦੇ ਹਨ ਕਿ ਇੱਕ ਨਰਕਧਾਰੀ ਨੇ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਕੜਾ ਪ੍ਰਸ਼ਾਦ ਛਕਦੇ ਹਨ। ਮੈਂ ਜਵਾਬ ਦਿੱਤਾ ਕਿ ਬਿਲਕੁਲ ਛਕਦੇ ਹਨ। ਉਸ ਨਰਕਧਾਰੀ ਨੇ ਫਿਰ ਸਵਾਲ ਕਰ ਲਿਆ, ਫਿਰ ਤਾਂ ਉਹ ਉਸਨੂੰ ਪਚਾ ਕੇ ਕੱਢਦੇ ਵੀ ਹੋਣਗੇ ਮਲ ਅਤੇ ਮੂਤਰ ਦੀ ਤਰ੍ਹਾਂ। ਫਿਰ ਕਹਿੰਦੇ ਹਨ ਕਿ ਦੇਖੋ ਇਹਨਾਂ ਮੂਰਖਾਂ ਨੂੰ ਗੁਰੂ ਦੇ ਅਦਬ ਦਾ ਬਿਲਕੁਲ ਵੀ ਖਿਆਲ ਨਹੀਂ, ਅਸੀਂ ਤਾਂ ਆਪ ਮਲ ਮੂਤਰ ਜਾ ਕੇ ਫਿਰ ਇਸਨਾਨ ਕਰਕੇ ਗੁਰੂ ਕੋਲ ਜਾਂਦੇ ਹਾਂ। ਅਤੇ ਇਹ ਮੂਰਖ ਕਹਿੰਦੇ ਹਨ ਕਿ ਗੁਰੂ ਜੀ ਮਲ ਮੂਤਰ ਕਰਦੇ ਹੋਣਗੇ। ਰੱਬ ਦੀ ਕੁਦਰਤ ਦਾ ਨਿਯਮ ਹੈ ਕਿ ਜੋ ਵੀ ਜੀਵ ਖਾਂਦਾ ਹੈ ਉਸਨੂੰ ਪਚਾ ਕੇ ਹਜ਼ਮ ਕਰਕੇ ਫਿਰ ਉਹ ਮਲ ਮੂਤਰ ਦੀ ਤਰ੍ਹਾਂ ਬਾਹਰ ਨਿਕਲ ਜਾਂਦਾ ਹੈ। ਜੇਕਰ ਬਾਹਰ ਨਹੀਂ ਨਿਕਲੇਗਾ ਤਾਂ ਉਸਦਾ ਵਜ਼ਨ ਜਿਤਨਾ ਖਾਏਗਾ ਉਤਨਾ ਹੀ ਵੱਧ ਜਾਏਗਾ, ਉਹ ਪਦਾਰਥ ਉਸਦੇ ਅੰਦਰ ਹੀ ਰਹੇਗਾ। ਇਸ ਲਈ ਖਾਣ ਦੀ ਕਿਰਿਆ ਦੀ ਮਲ ਮੂਤਰ ਇੱਕ ਪ੍ਰਕਿਰਿਆ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਪ੍ਰਸ਼ਾਦ ਛਕਣਗੇ ਤਾਂ ਜਾਂ ਤਾਂ ਉਹ ਪ੍ਰਸ਼ਾਦ ਆਪਣੇ ਅੰਦਰ ਹੀ ਜਮ੍ਹਾਂ ਕਰਨਗੇ ਜਾਂ ਉਸਨੂੰ ਨਿਕਾਲਣਗੇ ਮਲ ਮੂਤਰ ਦੀ ਤਰ੍ਹਾਂ। ਜੇਕਰ ਮਲ ਮੂਤਰ ਗਲਤ ਹੈ ਤਾਂ ਉਹਨਾਂ ਦਾ ਖਾਣਾ ਵੀ ਗਲਤ ਹੈ, ਜਿਸ ਕਰਕੇ ਮਲ ਮੂਤਰ ਲਾਜ਼ਮੀ ਬਣ ਜਾਂਦਾ ਹੈ। ਮਲ ਮੂਤਰ ਤਾਂ ਰਿਜ਼ਲਟ ਹੈ ਖਾਣ ਪੀਣ ਦਾ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਲ ਮੂਤਰ ਕਰਨ ਵਾਲਾ ਨਹੀਂ ਮੰਨਣਾ ਚਾਹੁੰਦੇ ਤਾਂ ਉਸਨੂੰ ਖਾਣ ਵਾਲਾ ਵੀ ਨਾ ਮੰਨੋ। ਭਾਈ ਗੁਰ ਇਕਬਾਲ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਸ਼ਾਦ ਛਕਣ ਦਾ ਬਹੁਤ ਵਧੀਆ ਤਰਕ ਦਿੰਦੇ ਹਨ। ਉਹ ਕਹਿੰਦੇ ਹਨ ਕਿ ਪ੍ਰਸਾਦ ਬਣਾਉਣ ਦੀ ਰਸਦ ਪਾਣੀ, ਚੀਨੀ, ਆਟਾ ਅਤੇ ਘਿਓ ਨੂੰ ਤੋਲ ਲਓ, ਫਿਰ ਵਿਧੀ ਅਨੁਸਾਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਮਹਾਰਾਜ ਅੱਗੇ ਰੱਖ ਕੇ ਪਾਠ ਕਰੋ, ਫਿਰ ਅਰਦਾਸ ਕਰਕੇ ਉਸ ਦੇਗ ਨੂੰ ਫਿਰ ਤੋਲ ਕੇ ਵੇਖ ਲਓ, ਉਸਦਾ ਵਜ਼ਨ ਘੱਟ ਜਾਏਗਾ। ਇਸਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਪ੍ਰਸ਼ਾਦ ਛਕਦੇ ਹਨ। ਸ਼ਾਇਦ ਗੁਰੂ ਇਕਬਾਲ ਸਿੰਘ ਜੀ ਨੇ ਇਹ ਐਕਸਪੈਰੀਮੈਂਟ ਕਰਕੇ ਦੇਖ ਲਿਆ ਹੈ, ਤਾਂ ਹੀ ਉਹ ਇਸ ਵਿਸ਼ਵਾਸ ਨਾਲ ਕਹਿ ਰਹੇ ਹਨ। ਪਰ ਇਸਦਾ ਜਵਾਬ ਤਾਂ 8ਵੀਂ ਵਿੱਚ ਪੜ੍ਹਿਆ ਬੱਚਾ ਵੀ ਦੇ ਸਕਦਾ ਹੈ, ਜੋ ਇਹਨਾਂ ਵਿਦਵਾਨਾਂ ਨੂੰ ਨਹੀਂ ਪਤਾ ਕਿ ਪਾਣੀ, ਆਟਾ, ਚੀਨੀ ਅਤੇ ਘਿਓ ਵਿੱਚ ਜਿਹੜਾ ਪਾਣੀ ਦਾ ਤੱਤ ਹੈ ਉਹ ਪਕਾਉਣ ਨਾਲ ਉਸਦਾ ਕੁਝ ਅੰਸ਼ ਪਾਪ ਬਣ ਕੇ ਉੱਡ ਜਾਏਗਾ, ਅਤੇ ਪਾਠ ਅਤੇ ਅਰਦਾਸ ਕਰਨ ਵਿੱਚ ਜੋ ਸਮਾਂ ਲੱਗੇਗਾ ਉਸ ਸਮੇਂ ਵਿੱਚ ਜਦ ਪ੍ਰਸ਼ਾਦ ਠੰਡਾ ਹੋਏਗਾ ਉਸ ਵਿੱਚ ਵੀ ਉਸਦਾ ਪਾਣੀ ਤੱਤ ਪਾਪ ਬਣ ਕੇ ਉੱਡਦਾ ਹੈ। ਉਸਦੇ ਬਾਅਦ ਤੋਲਣ ਵਿੱਚ ਉਸਦਾ ਵਜ਼ਨ ਘਟੇਗਾ ਹੀ। ਇਹ ਰੱਬ ਦੀ ਕੁਦਰਤ ਦਾ ਨਿਯਮ ਹੈ, ਇਹੀ ਉਸਦਾ ਹੁਕਮ ਹੈ। ਜੋ ਇਸ ਨਿਯਮ ਨੂੰ ਨਹੀਂ ਪਹਿਚਾਣਦਾ ਉਸ ਲਈ ਤਾਂ ਇਹ ਬੜੀ ਵੱਡੀ ਕਰਾਮਾਤ ਹੈ ਕਿ ਕੜਾ ਪ੍ਰਸ਼ਾਦ ਦੀ ਦੇਗ ਦਾ ਵਜ਼ਨ ਘਟ ਗਿਆ। ਇਸ ਲਈ ਆਮ ਮਨੁੱਖ ਇਸ ਕਰਾਮਾਤ ਦਾ ਪੁਜਾਰੀ ਬਣ ਜਾਂਦਾ ਹੈ। ਗੁਰ ਇਕਬਾਲ ਸਿੰਘ ਜੀ ਇੱਕ ਹੋਰ ਦੇਗ ਤਿਆਰ ਕਰਕੇ ਗੁਰੂ ਕੋਲ ਨਾ ਲੈ ਕੇ ਜਾਂਦੇ, ਫਿਰ ਉਤਨੇ ਹੀ ਸਮੇਂ ਬਾਅਦ ਉਸਦਾ ਵਜ਼ਨ ਕਰਕੇ ਦੇਖਦੇ ਤਾਂ ਸ਼ਾਇਦ ਉਹਨਾਂ ਦਾ ਵੀ ਭਰਮ ਦੂਰ ਹੋ ਜਾਂਦਾ।
कि कभी किसी ने प्रत्यक्ष विच गुरु ग्रंथ साहिब जी नूं कड़ा प्रसाद छकदे होए देखिया है। उन्हां नूं कड़ा प्रसाद अपने हत्थां नाल फड़ के अपने मुंह विच पांदे देखिया है, या जेकर वह अपने हत्थां नाल नहीं फड़दे तां फिर किसी ने उन्हां नूं अपने हत्थां नाल खिलाया है, या गुरु ग्रंथ साहिब जी नूं छुप के खाण दी लोड़ है। किसी दे सामने नहीं, सच सब दे सामने हुंदा है। सच नूं कोई प्रमाण देण दी लोड़ नहीं, पर कुछ लोग अपने विश्वास नूं सच मन लैंदे हन, पर कुछ सच उपर विश्वास करदे हन। गुरु ग्रंथ साहिब प्रसाद छकदे हन, यही वह सोच है जिहड़ी मूर्ति पूजा विच काम कर रही है। रब दी करामात तां उसदी सारी सृष्टि है, इस विच उसदी ही करामात वर्त रही है, और वह करामात सच स्वरूप होके वर्त रही है। जिसने उसदे हुक्म नूं बुझ लिया उस लई कोई करामात नहीं, जिसनूं उसदे हुक्म दा पता लग जांदा है उस लई सारी करामात रब दी है। पर अज सिख गुरुआं नूं उहनां दी करामातां करके ही याद करदा है, रब्बी ज्ञान करके नहीं। गुरु भी एक प्रसाद वरता रहा है रब दे ज्ञान दा। गुर प्रसाद यानी ज्ञान दा प्रसाद, फिर वह केड़े ज्ञान दा प्रसाद है? वह एक ओंकार सतगुर प्रसाद, जिसका मतलब है वह रब जो कि सदा सत है, उसके ज्ञान दा प्रसाद। जिस नाल रब अते रब दे हुक्म दी पहचान बननी सी, जिस दे नाल सारे परम पुलेखे दूर होने सी, रब नाल मिलाप होना सी, जेड़ा प्रसाद गुरु दे रहा है वह सुरत मन मत अते बुद्ध लई है। यह उसकी आत्मा की खुराक है अते जरूरत है। कोई विरले हन जेड़े गुरु को आत्मा दा भोजन ज्ञान लैण जांदे हन। उस ज्ञान दी कोई तोट या कमी कदी नहीं आ सकती, एक छके या 10 करोड़। अज सिख कोलों गुरुद्वारे विच पुछो कि उसने प्रसाद छकिया है, तां उसका सीधा ध्यान कड़ा प्रसाद या लंगर वाल जाएगा। यह उसके शरीर की खुराक है। पर ज्यादा लोग अपने शरीर के भोजन अते जरूरतां करके ही गुरु कोल जांदे हन, इसलिए वह गुरु नूं भी वही प्रसाद छकन वाला मन लैंदे हन। गुरु ने तां दोनों लंगर वरता दिते, पर उस कोलों छकन दी परवानगी लैण दे बजाय उसनूं ही छकन वाला मन के छकान लग पए। अते जे कोई अपनी शंका दा निवारण करन लई कुछ पुछ ले तां उसनूं किंतु परंतु करन वाला नास्तिक या नरकधारी तां मानदे हन। सच दी खोज करन वाला सिख नहीं।